ਹਾਂਜੀ ਤੇ ਮਾਸ਼ਾਅੱਲਾ 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 ਆਲੂ ਗੋਸ਼ਤ ਜਿਹੜਾ ਨਾ ਉਹ ਵਾਲਾ ਜਿਹੜਾ ਤਿਆਰ ਕਰ ਰਹੇ ਹਾਂ ਤਿਆਰ ਜਿਹੜਾ ਇੱਥੇ ਕਰ ਰਹੀ ਹਾਂ ਗੈਸ 'ਤੇ ਕਿਉਂਕਿ ਉੱਥੇ ਜਿਹੜਾ ਧੁੱਪ ਬਹੁਤ ਜ਼ਿਆਦਾ ਆ ਗਈ ਨਾਲ ਜਿਹੜਾ ਲੇਟ ਕਾਫੀ ਸਾਰੀ ਹੋਈ ਕਿਉਂ ਅਤੇ ਮੈਂ ਕਿਹਾ ਜਲਦੀ ਨਾ ਇੱਥੇ ਜਿਹੜਾ ਸਵੇਰਾ ਦੇਖ ਹੀ ਰੱਖੇਗੀ ਥੱਲੇ ਅਤੇ ਮੈਂ ਜਿਹੜਾ ਜਲਦੀ ਨਾ ਆਟਾ ਗੁੰਨ ਕੇ ਅਤੇ ਰੋਟੀਆਂ ਜਿਹੜਾ ਉਹ ਵਾਲੇ ਤੰਦੂਰ ਜਿਹੜਾ ਬਣਾ ਲੈਂਦੀ ਹਾਂ ਕਿਉਂਕਿ ਉੱਥੇ ਜਿਹੜਾ ਸਵੇਰਾ ਨਹੀਂ ਕਿਹਾ ਵੀ ਮੇਰੇ ਜਿਹੜਾ ਸਿਰ ਨੂੰ ਦਰਦ ਦਿਨ ਗਰਮੀ ਹੈਗੀ ਆ ਇੱਥੇ ਮੈਂ ਜਿਹੜਾ ਦੇਖ ਹੀ ਰੱਖਾਂਗੀ ਜਿਹੜਾ ਰੋਟੀਆਂ ਉਹ ਵਾਲੀਆਂ ਬਣਾਉਣ ਅਤੇ ਮਾਸ਼ਾਅੱਲਾ ਆਲੂ ਗੋਸ਼ਤ ਜਿਹੜਾ ਉਹ ਵਾਲਾ ਭਾਈ ਮਿਸਤਰੀ ਬਣਾਉਣ ਵਾਸਤੇ ਅਤੇ ਆਪ ਬੱਚੇ ਜਿਹੜਾ ਉਹ ਵਾਲੇ ਖਾ ਕਿਉਂਕਿ ਬੱਚਿਆਂ ਨੇ ਤਾਂ ਸਮੁੰਦਰ ਜਿਹੜਾ ਸੁਬਹਾ ਦਾ ਜਿਹੜਾ ਨਾਸ਼ਤਾ ਬਲਕਿ ਕੀਤਾ ਵੀ ਨਹੀਂ ਥੋੜ੍ਹਾ ਬਹੁਤ ਐਵੇਂ ਜਿਹੜਾ ਅੱਧਾ ਅੱਧਾ ਰਸ ਜਿਹੜਾ ਉਹਨਾਂ ਨੇ ਖਾਇਆ ਉਹਨਾਂ ਨੇ ਕਿਹਾ ਬਿਲਕੁਲ ਜਿਹੜਾ ਦਿਲ ਵੀ ਨਹੀਂ ਕਰ ਰਿਹਾ ਉਹਨੂੰ ਸਿਰਫ ਜਿਹੜਾ ਦਵਾਈ ਦਿੱਤੀ ਆ ਦਵਾਈ ਡਾਕਟਰ ਜਿਹੜਾ ਦਵਾਈ ਦੇ ਕੇ ਜਿਹੜਾ ਚਲਾ ਗਿਆ ਇਵੇਂ ਹੁਣ ਜਿਹੜਾ ਰੱਖ ਦਿੰਦੀ ਹਾਂ ਸਵੇਰਾ ਜਿਹੜਾ ਦੇਖੀ ਰੱਖੇਗੀ ਚਮਚਾ ਜਿਹੜਾ ਮੈਂ ਆਹ ਆ ਚੁੱਕਿਆ ਦੂਸਰਾ ਚਮਚਾ ਦੀ ਅਗਲੀ ਸਾਈਡ ਜਿਹੜਾ ਡੰਡੀ ਥੋੜ੍ਹੀ ਟੁੱਟ ਗਈ ਆਈ ਤਾਂ ਮੈਂ ਜਿਹੜਾ ਆਹ ਵਾਲਾ ਜਿਹੜਾ ਚੁੱਕ ਲਿਆ ਚਮਚਾ ਇਹਦਾ ਜਿਹੜਾ ਢੱਕਣ ਉਹ ਵਾਲਾ ਹੀ ਖਰਾਬ ਹੋ ਗਿਆ ਉਹ ਵਾਲਾ ਜਿਹੜਾ ਠੀਕ ਕਰਾਵਾਂ ਕਿਉਂਕਿ ਜਿਹੜਾ ਹੁਣ ਆਲਤੂ ਜਿਹੜਾ ਜਦੋਂ ਢੱਕਣ ਚੁੱਕਣੇ ਹਨ ਕਾਫੀ ਸਮੇਂ ਨੂੰ ਜਦੋਂ ਮੁਸ਼ਕਿਲ ਆਉਂਦੀ ਹੈ ਜੇਕਰ ਇੱਥੇ ਜਿਹੜਾ ਢੱਕਣ ਹੁੰਦਾ ਆਸਾਨੀ ਨਾਲ ਬੰਦਾ ਇਹਨੂੰ ਚੁੱਕ ਲੈਂਦਾ ਉਹ ਸਮੇਂ ਨੂੰ ਜਿਹੜਾ ਪਰੇਸ਼ਾਨੀ ਨਹੀਂ ਬਣਦੀ ਹੈ ਹਾਂਜੀ ਤੇ ਮਾਸ਼ਾਅੱਲਾ ਉੱਤੇ ਦੇਣ ਪਹੁੰਚੇ ਸੇਖਾ ਦੇਣ ਕਾਫੀ ਸਾਰਾ ਦੇਣ ਨਾਲ ਲੱਗ ਰਿਹਾ ਸਾਲੇ ਦੋ ਜਣੇ ਹੋਇਆ ਫਿਰ ਇਹਨੇ ਬੰਦਾ ਫਿਰ ਜਿਹੜਾ ਥੋੜ੍ਹੀ ਜਲਦੀ ਹੋ ਜਾਏ ਜੇ ਪੇੜਿਆ ਕੀਤੀ ਗਿਆ ਦੂਸਰਾ ਜਿਹੜਾ ਰੋਟੀਆਂ ਲਾ ਲਈਏ ਸਾਲਾਂ ਜਿਹੜਾ ਮਾਸ਼ਾਅੱਲਾ ਬਿਲਕੁਲ ਜਿਹੜਾ ਤਿਆਰ ਹੋ ਗਿਆ ਕਿਉਂਕਿ ਮੈਂ ਥੱਲੇ ਜਿਹੜਾ ਲਾਹ ਕੇ ਆਈ ਹਾਂ ਸਵੇਰਾ ਨੂੰ ਕਿਹਾ ਹੁਣ ਦੁਬਾਰਾ ਫਿਰ ਇੱਕ ਵਾਰ ਜਿਹੜਾ ਲਾ ਲਓ ਫਿਰ ਜਿਹਨਾਂ ਨੂੰ ਰੋਟੀ ਦੇ ਫਿਰ ਦਵਾਈ ਜਿਹੜਾ ਦੇਵਾਂਗੇ ਮਾਸ਼ਾਅੱਲਾ ਪੰਜ ਰੋਟੀਆਂ ਦੇਣਾ ਮੁਕੰਮਲ ਤੰਦੂਰ ਦੇ ਅੰਦਰ ਦੇਣਾ ਲਾ ਦਿੰਦੇ ਹਾਂ ਜਿਵੇਂ ਪੰਜ ਲਾਈਆਂ ਹਨ ਉਵੇਂ ਹੀ ਦੇਣਾ ਲੱਥ ਆਈਆਂ ਅਗਲੀਆਂ ਹੁਣ ਸਾਰੀਆਂ ਦੇਣਾ ਲਾ ਲੈਣੀਆਂ ਫਿਰ ਉਵੇਂ ਦੁਬਾਰਾ ਦੇਣਾ ਪੰਜ ਫਿਰ ਦੇਣਾ ਲਾ ਦੇ ਫਿਰ ਜਿਹੜਾ ਥੋੜ੍ਹੀਆਂ ਜਿਹੀਆਂ ਆਸਾਨੀ ਨਾਲ ਲੱਗ ਜਾਣ ਸੇਕਾ ਹੀ ਲੱਗਦਾ ਆਵੇਗਾ ਨਾਲ ਦੇ ਨਾਲ ਰੋਟੀਆਂ ਹੀ ਦੇਣਾ ਮਾਸ਼ਾਅੱਲਾ ਉਹੀ ਤਿਆਰ ਹੁੰਦੀਆਂ ਨੇ ਤੇ ਜਿਹੜਾ ਰੋਟੀਆਂ ਸਾਰੀਆਂ ਜਿਹੜੀਆਂ ਪੱਕੀਆਂ ਨੇ
ਹਾਂਜੀ ਤੇ ਮਾਸ਼ਾਅੱਲਾ ਸਾਰੀਆਂ ਰੋਟੀਆਂ ਲਾ ਕੇ ਮੈਂ ਥੋੜੀਆਂ ਬਹੁਤੀਆਂ ਖੜੀਆਂ ਨੇ ਉਹ ਜਿਹੜਾ ਲਾ ਲੈਣਾ ਫਿਰ ਦੇਣਾ ਥੱਲੇ ਚੱਲਦੇ ਹਾਂ ਬਾਈ ਮਿਸਤਰੀ ਹੋਰਾਂ ਨੇ ਭੇਜਣੇ ਆ ਤੇ ਬੱਚਿਆਂ ਨੂੰ ਜਿਹੜਾ ਦੇਣੇ ਆ। ਹਾਂਜੀ ਤੇ ਮਾਸ਼ਾਅੱਲਾ ਰੋਟੀਆਂ ਜਿਹੜਾ ਬੱਚਿਆਂ ਨੂੰ ਦੇ ਦਿੱਤੀਆਂ ਬਾਈ ਮਿਸਤਰੀ ਹੋਰਾਂ ਵਾਸਤੇ ਜਿਹੜਾ ਇੱਥੇ ਜਿਹੜਾ ਬੰਨ ਕੇ ਰੱਖਦੀ ਸੀ ਕਿਉਂਕਿ ਉੱਧਰ ਜਿਹੜਾ ਸਵੇਰਾ ਹੋਰੀ ਬੈਠੀਆਂ ਤਾਂ ਪਰੂ ਇੰਜ ਕਰਕੇ ਬਹਿ ਤੁਸੀਂ ਦੇ ਆ ਤੇ ਮੰਮਾ ਸਹਿਨ ਔਰ ਫਿਰ ਜਿਹੜਾ ਦੁੱਪ ਹੈ ਉਹ ਜਲ ਪਿਛਲੇ ਟਾਈਮ ਜਾ ਥੋੜ੍ਹਾ ਬਹੁਤ ਚੱਲ ਵਿਲਾ ਗਾਦ ਪੈਣ ਪਈ ਮੇਰਾ ਹੁਣ ਜੇ ਥੋੜ੍ਹੀ ਕੰਮ ਜਿਹੜਾ ਕਾਫੀ ਸਾਰਾ ਪਿਆ ਬਰਤਨ ਪਏ ਨੇ ਉਹ ਵਾਲੇ ਦੋਣੇ ਨੇ ਕੱਪੜੇ ਜਿਹੜਾ ਉਹ ਸਾਹਮਣੇ ਬੱਚਿਆਂ ਨੇ ਸਾਰਿਆਂ ਨੂੰ ਹੁਣ ਫਿਰ ਨਹਿਲਾਇਆ ਹੈਗਾ ਰੋਟੀ ਦਿੱਤੀ ਕਿਉਂਕਿ ਅੱਗੇ ਨਾਲ ਹੁਣ ਬੁਖਾਰ ਜਿਹੜਾ ਕਾਫੀ ਸਾਰਾ ਗਾਟ ਹੀ ਥੋੜ੍ਹੀ ਬਹੁਤੀ ਰੋਟੀ ਜਿਹੜਾ ਉਹਨਾਂ ਨੇ ਖਾਧੀ ਕਿਉਂਕਿ ਡਾਕਟਰ ਬਾਈ ਨੇ ਕਿਹਾ ਵੀ ਰੋਟੀ ਜਿਹੜਾ ਬੱਚਿਆਂ ਨੂੰ ਤੁਸੀਂ ਜਿਹੜਾ ਦੇਣੀ ਆ ਬਰ ਲਾਜ਼ਮੀ ਕਿਉਂਕਿ ਰੋਟੀ ਜਿਹੜਾ ਨਾ ਇਹਨਾਂ ਨੇ ਖਾਧੀ ਨਹੀਂ ਸਮਝ ਜ਼ਿਆਦਾ ਜਿਹੜਾ ਕਮਜ਼ੋਰੀ ਹੋ ਜਾਸੀ ਤਾਂ ਪਰ ਰੋਟੀ ਜਿਹੜਾ ਉਹ ਥੋੜ੍ਹੀ ਬਹੁਤੀ ਜਿਹੜਾ ਦਿੱਤੀ ਆ ਦੇਖ ਕੇ ਹੁਣ ਸਮਝ ਜਿਹੜਾ ਦਵਾਈ ਫਿਰ ਦੁਬਾਰਾ ਦਿੱਤੀ ਨਾ ਹੀ ਲਿਆਈ ਨੇ ਹੁਣ ਜਿਹੜਾ ਮੈਂ ਕੱਪੜੇ ਦੋਨੀਆਂ ਬਰਤਨ ਦੋਨੀਆਂ ਬੋਤਲਾਂ ਜਿਹੜਾ ਉਹ ਵਾਲੀਆਂ ਸਾਰਾ ਦੇ ਲੈ ਕੇ ਝਾੜੂ ਲਾ ਕੇ ਉਸ ਤੋਂ ਬਾਅਦ ਜਿਹੜਾ ਆਪਣੇ ਕੱਪੜੇ ਜਿਹੜਾ ਚੇਂਜ ਕਰਾਂਗੀ। ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੇਰੇ ਪਿਆਰ ਬੈਣ ਵੀਰਾਂ ਵੀਰੋ ਖੁਸ਼ ਰਹੋ ਬਾਦ ਰਹੋ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਤਲਮ ਲਿਆ ਮੈਂ ਬਿਲਕੁਲ ਠੀਕ ਠਾਕ ਹਾਂ ਤੁਹਾਨੂੰ ਕਿੰਨੇ ਕਿ ਮੇਰੇ ਬੈਣਾ ਬਸਨ ਬਿਲਕੁਲ ਠੀਕ ਠਾਕ ਖਰੀਅਤ ਹੁਸੈਨ ਤਾਂ ਅੱਜ ਵਿਲਾਗ ਜਿਹੜਾ ਸ਼ੁਰੂ ਕਰਨੇ ਆ ਬਰਤਨ ਬੁਰਤਨ ਧੋ ਕੇ ਕੱਪੜੇ ਕੁੱਪੜੇ ਧੋ ਕੇ ਆਪਣੇ ਕੱਪੜੇ ਜਿਹੜਾ ਚੇਂਜ ਕਰ ਲੈਣ ਬਲਕਿ ਜਿਹੜਾ ਕੱਪੜੇ ਖੁਸ਼ਕ ਵੀ ਹੋ ਚੁੱਕੇ ਨੇ ਇਹਨਾਂ ਨੇ ਲਾ ਲੈਂਦੇ ਹਾਂ ਅਤੇ ਉੱਤੇ ਜਿਹੜਾ ਪਾਏ ਉਹਨੇ ਸੁੱਕਣੇ ਉਹ ਵਾਲੇ ਵੀ ਚੱਲਦੇ ਹਾਂ ਚੱਲ ਕੇ ਜਿਹੜਾ ਲਾ ਲੈਂਦੇ ਹਾਂ ਕਿਉਂਕਿ ਸਾਰੇ ਜਿਹੜਾ ਫਿੱਕਾ ਕਲਰ ਕਰ ਜਾਂਦੇ ਨੇ ਕਿਉਂਕਿ ਕਾਫੀ ਟਾਈਮ ਜਿਹੜਾ ਧੁੱਪ 'ਤੇ ਖਲੇ ਰਹਿਣ ਅਤੇ ਬਰਤਨ ਜਿਹੜਾ ਬਰਤਨ ਕਹਿ ਰਹੀ ਹੈ ਕੱਪੜੇ ਜਿਹੜਾ ਖਰਾਬ ਹੋ ਜਾਂਦੇ ਨੇ ਮੰਜਾ ਜਿਹੜਾ ਉਸ ਟਾਈਮ ਪਾਇਆ ਉਵੇਂ ਜਲਦੀ ਨਾ ਥੱਲੇ ਲੈ ਗਈ ਧੁੱਪ 'ਤੇ ਜਿਹੜਾ ਪਿਆ ਰਿਹਾ ਇੱਧਰ ਜਿਹੜਾ ਮੌਸਮ ਚੈੱਕ ਕਰੋ ਧੁੱਪ ਜਿਹੜਾ ਹਜੇ ਥੋੜ੍ਹੀ ਕਾਫੀ ਸਾਰੀ ਹੈਗੀ ਆ ਬਹੁਤ ਜ਼ਿਆਦਾ ਸਮੂਲ ਅੱਜ ਜਿਹੜਾ ਧੁੱਪ ਹੈ ਸਭ ਤੋਂ ਪਹਿਲਾਂ ਜਿਹੜਾ ਮੰਜੇ ਨੂੰ ਖਿੱਚ ਕੇ ਜਿਹੜਾ ਸਾਈਡ 'ਤੇ ਕਰਨਾ ਇਸ ਸਾਈਡ 'ਤੇ ਕਿਉਂਕਿ ਇੱਥੇ ਜਿਹੜਾ ਛਾਂ ਹੈਗੀ ਉਸ ਵਕਤ ਉੱਥੇ ਜਿਹੜਾ ਰੋਟੀਆਂ ਲਾਈਆਂ ਬੜੀਆਂ ਹੀ ਮੁਸ਼ਕਿਲ ਨਾਲ ਜਲਦੀ ਜਲਦੀ ਨਾ ਹੀ ਉਵੇਂ ਜਿਹੜਾ ਥੱਲੇ ਗਏ ਕੱਪੜੇ ਕੁਛ ਜਿਹੜਾ ਥੱਲੇ ਡਿੱਗੇ ਪਏ ਨੇ ਕੁਛ ਉੱਤੇ ਨੇ ਸਾਰੇ ਲਾਹ ਲੈਂਦੇ ਹਾਂ ਲੈ ਕੇ ਜਿਹੜਾ ਥੱਲੇ ਚੱਲਦੇ ਹਾਂ ਅੱਗੇ ਮੈਂ ਬਰਤਨ ਕਹਿ ਰਿਹਾ ਕੱਪੜੇ ਜਿਹੜਾ ਟੋਟਲੀ ਸਾਰੇ ਜਿਹੜਾ ਲਾਹ ਲੈਣ ਲਾਹ ਜਿਹੜਾ ਥੱਲੇ ਜਿਹੜਾ ਜਾ ਅਤੇ ਮੰਜਾ ਜਿਹੜਾ ਇੱਥੇ ਛਾਂ 'ਤੇ ਪਾ ਦਿੱਤਾ ਬੰਦਾ ਜਿਹੜਾ ਇੱਥੇ ਬਹਿ ਵੀ ਜਾਵੇ ਨਾ ਅਤੇ ਗਰਮੀ ਥੋੜ੍ਹੀ ਬਹੁਤੀ ਜਿਹੜਾ ਘੱਟ ਲੱਗੇਗੀ ਅਤੇ ਇੱਕ ਗੱਲ ਹੋਰ ਆ ਅਤੇ ਬਹਿਣ ਬਾਈਆਂ ਨੂੰ ਦੱਸ ਦੇਵਾਂ ਕਾਫੀ ਸਾਰੀ ਜਿਹੜਾ ਟੈਨਸ਼ਨ ਵਾਲੀ ਗੱਲ ਆ ਕਿਉਂਕਿ ਜਪਾਜੀ ਔਰ ਜਿਹੜਾ ਆਲੇ ਇਹ ਵਾਲੇ ਗਏ ਹਨ ਕਿਉਂਕਿ ਇਹਦਾ ਪਹਿਨੋ ਹੀ ਜਿਹੜਾ ਕਾਫੀ ਸਾਰਾ ਸੀਰੀਅਸ ਹੈਗਾ ਬਾਈ ਔਰ ਪਿੱਛੇ ਜਿਹੜਾ ਚਲੇ ਗਏ ਹੈਗੇ ਨੇ ਕਿਉਂਕਿ ਥੋੜ੍ਹੀ ਦੇਰ ਹੀ ਹੋ ਗਿਆ ਬਾਈ ਜਿਹੜਾ ਗਏ ਨੇ ਪੱਠੇ ਪੁੱਠੇ ਵਾਢ ਕੇ ਉਸ ਤੋਂ ਬਾਅਦ ਜਿਹੜਾ ਗਏ ਨੇ ਅਤੇ ਜਾਂ ਫਿਰ ਜਿਹੜਾ ਦੁਕਾਨ ਦੇ ਅੰਦਰ ਬੈਠਾ ਹੋਇਆ ਆਦਾ ਸੁਣਾਓ ਕੋਈ ਗਾਹ ਗੂਹ ਗਾ ਨਹੀਂ ਅੱਛਾ ਤਾਂ ਪਰ ਬਿਜ਼ੀ ਬਿਜ਼ੀ ਹੋ ਅੱਛਾ ਚਲੋ ਠੀਕ ਹੋ ਮੈਂ ਵੀ ਕੱਪੜੇ ਜਿਹੜਾ ਰੱਖ ਲਓ ਆਹ ਸੁਬਹਾ ਜਿਹੜਾ ਲਏ ਸੀ ਰੋਲ ਅਤੇ ਇਸ ਤਰ੍ਹਾਂ ਖਤਾਈਆਂ ਵਗੈਰਾ ਕਿਉਂਕਿ ਸਕੂਲ ਵਾਲੇ ਬੱਚੇ ਹੀ ਮੇਰੇ ਖਿਆਲ ਵਿੱਚ ਅੱਜ ਤੱਕ ਕੋਈ ਨਹੀਂ ਆਏ ਹਾਂ ਅੱਗੇ ਸਮੂਲ ਜਿਹੜਾ ਜ਼ੇਬ ਅਲੀ ਆਉਂਦਾ ਨਾ ਅਤੇ ਉਹ ਜਿਹੜਾ ਸਾਰਿਆਂ ਬੱਚਿਆਂ ਨੂੰ ਜਿਹੜਾ ਲੈ ਕੇ ਆਉਂਦਾ ਅਤੇ ਅੱਜ ਜਿਹੜਾ ਜ਼ੇਬ ਅਲੀ ਗਿਆ ਕੋਈ ਨਹੀਂ ਅਤੇ ਬੱਚਿਆਂ ਦੀ ਮਰਜ਼ੀ ਦੀ ਗੱਲ ਆ ਬੱਚੇ ਆਏ ਤਾਂ ਪਰ ਜਿਹੜਾ ਨਹੀਂ ਨਾ ਵਾਲੇ ਕੱਪੜੇ ਜਿਹੜਾ ਲਾ ਲੈਂਦੀ ਹਾਂ ਹਾਂਜੀ ਤੇ ਬਾਜੀ ਔਰਾਂ ਦੀ ਗੱਲ ਕਰ ਰਹੀ ਸੀ ਬਈ ਉਹਦਾ ਬਹਿਨੋਈ ਜਿਹੜਾ ਕਾਫੀ ਸਾਰਾ ਸੀਰੀਅਸ ਹੈਗਾ ਉਹ ਦੱਸ ਦੇਵਾਂ ਕਿ ਉਹ ਕਾਫੀ ਦਿਨਾਂ ਤੋਂ ਬਿਮਾਰ ਹੈਗਾ ਸੀ ਅਤੇ ਸੁਬਹਾ ਫਿਰ ਉਹਦੇ ਲਈ ਕਾਲ ਆਈ ਸੀ ਅਤੇ ਉਹਨਾਂ ਨੇ ਕਿਹਾ ਵੀ ਕਾਫੀ ਸਾਰਾ ਸੀਰੀਅਸ ਹੈਗਾ ਤੁਸੀਂ ਜਿਹੜਾ ਆ ਜਾਓ
ਫਿਰ ਜਿਹੜਾ ਬਾਈ ਹੋਰੀ ਹੁੰਦੇ ਜਿਹੜਾ ਪਿੱਛੇ ਗਏ ਜਾਂ ਫਿਰ ਲਈ ਔਰ ਜਿਹੜਾ ਪੱਠੇ ਪੁੱਠੇ ਹੋਣ ਜਿਹੜਾ ਹੁੰਦੇ ਮੱਝਾਂ ਨੂੰ ਪਾ ਕੇ ਨਾ ਦੂਸਰੇ ਪਾ ਦੇ ਜਾਂ ਫਿਰ ਪਾ ਕੇ ਅਤੇ ਉਹਨੂੰ ਜਿਹੜਾ ਬੰਨ ਦਿੱਤਾ ਹੈਗਾ। ਸ਼ਾਇਦ ਵਾਲੀ ਗੱਲ ਆ ਬਾਈ ਸ਼ਾਮ ਨੂੰ ਹਟ ਆਉਣ ਅਤੇ ਬਾਜੀ ਹੋਰੀ ਜਿਹੜਾ ਨਾ ਆਉਣ, ਜੇਕਰ ਅੱਲਾ ਪਾਕ ਨੂੰ ਜਿਹੜਾ ਜ਼ਿੰਦਗੀ ਤੰਦਰੁਸਤੀ ਦੇਵੇ ਸਿਹਤ ਦੇਵੇ ਅਤੇ ਅਗਰ ਠੀਕ ਹੋਇਆ ਫਿਰ ਜਿਹੜਾ ਬਾਜੀ ਹੋਰੀ ਆ ਜਾਣ, ਕਿਉਂਕਿ ਉਹਦੇ ਬੱਚੇ ਜਿਹੜਾ ਸਕੂਲ ਵੀ ਜਾਂਦੇ ਹੈਗੇ ਨੇ ਤਾਂ ਨਹੀਂ ਪਾਕ। ਤੁਸੀਂ ਸਾਰੇ ਭੈਣ ਵੀ ਦੁਆ ਕਰਨੀ ਅੱਲਾ ਪਾਕ ਜਿਹੜਾ ਰਹਿਮਤ ਕਰੇ ਤਾਂ ਅੱਲਾ ਪਾਕ ਨੂੰ ਤੰਦਰੁਸਤੀ ਸਿਹਤ ਦੇਵੇ, ਕਿਉਂਕਿ ਉਹਦੇ ਜਿਹੜਾ ਬੱਚੀਆਂ ਬੱਚੇ ਹੈਗੇ ਨੇ ਅਤੇ ਸਮਝ ਲਓ ਜਦੋਂ ਗਰਦ ਵੱਡਾ ਚਲਾ ਜਾਵੇ ਤਾਂ ਪਿੱਛੇ ਸਮਝ ਲਓ ਜਿਹੜਾ ਸੰਭਾਲਣਾ ਬੜਾ ਜਿਹੜਾ ਔਖਾ ਹੁੰਦਾ। ਅਤੇ ਅਸੀਂ ਵੀ ਜਾਣਾ ਸੀ ਲੇਕਿਨ ਜਿਹੜਾ ਮੇਰੀ ਦਿਲ ਹੈਗੀ ਆ ਵੀ ਕੱਲ੍ਹ ਨੂੰ ਜਿਹੜਾ ਜਾਵਾਂਗੀ ਸੁਬਾਹ ਸੁਬਾਹ ਜਾਵਾਂਗੀ ਤਾਂ ਉਵੇਂ ਜਿਹੜਾ ਵਾਪਸ ਆ ਜਾਵਾਂਗੀ, ਕਿਉਂਕਿ ਜਿਹੜਾ ਪਿੱਛੋਂ ਬਾਈ ਮਿਸਤਰੀ ਹੋਰਾਂ ਰੋਟੀ ਦੇਣ ਨਾਲ ਸਮਝ ਲਓ ਕੋਈ ਨਹੀਂ, ਅੰਮੀ ਹੋਰੀ ਜਿਹੜਾ ਕੋਈ ਨਹੀਂ, ਅੰਮੀ ਹੋਰੀ ਜਿਹੜਾ ਉੱਥੇ ਗਏ ਉਹਨੇ, ਕਿਉਂਕਿ ਜਿਹਨੇ ਉਹਦੇ ਪਨੀਰੇ ਦੀ ਐਕਸੀਡੈਂਟ ਹੋਇਆ ਸੀ ਜਦੋਂ ਅੱਗੇ ਮੈਂ ਗਈ ਸੀ ਉਹਨੂੰ ਮੈਂ ਪੁੱਛਿਆ ਉਸ ਅੰਮੀ ਹੋਰੀ ਉਹਨੂੰ ਜਿਹੜਾ ਪੁੱਛਣ ਗਏ ਉਹਨੇ, ਅਤੇ ਬਿੱਲੋ ਦੀ ਸਮੁੰਦ ਜਿਹੜਾ ਵੱਡੀ ਸਿਸਟਰ ਜਿਹਦੇ ਬੇਟੀ ਵੀ ਆਈ ਉਹਦੀ ਸਮੁੰਦ ਨਾਂ ਤਾਂ ਲੱਗਦੀ ਆ, ਉਹਨੂੰ ਜਿਹੜਾ ਪੁੱਛਣਾ ਸੀ ਤਾਂ ਪਰ ਅੱਜ ਤੁਸੀਂ ਚੌਥਾ ਪੰਜਵਾਂ ਦੇ ਬੱਚੇ ਆ, ਹਾਂ ਚੌਥਾ ਪੰਜਵਾਂ ਦੇ ਅੰਮੀ ਹੋਰੀ ਗਰ ਕੋਈ ਤਾਂ ਪਰ ਸਮੁੰਦ ਲਓ ਮੈਂ ਨਹੀਂ ਜਾ ਰਹੀ, ਪਿੱਛੋਂ ਸਮੁੰਦ ਲਓ ਬੱਚਿਆਂ ਕੋਲ ਫਿਰ ਕੋਈ ਨਹੀਂ ਹੁੰਦਾ ਤਾਂ ਪਰ ਸੁਬਾਹ ਦੇ ਲੈ ਗਈ ਅੱਲਾ ਪਾਕ ਹੈ ਸੁੱਖ ਰੱਖਿਆ ਨਾ, ਅਤੇ ਇਨਸ਼ਾਅੱਲਾ ਬਾਹਰ ਲਾਜ਼ਮੀ ਜਿਹੜਾ ਜਾਵਾਂਗੇ ਬਾਈ ਜਿਹੜਾ ਪਤਾ ਕਰ ਆਵਾਂਗੇ। ਅੱਗੇ ਦਾਇਆ ਬੈਠਾ ਕਹਿ ਰਿਹਾ ਵੀ ਤੁਸੀਂ ਵਲਾਗ ਬਣਾਉਂਦੇ ਪਿਆ ਤਾਂ ਫਸਤ ਮੈਂ ਜਾ ਕੇ ਆਦ ਭੈਣ ਭਾਈ ਜਿਹੜਾ ਮਸਤੇ ਦਿਖਾਊਂ ਕਿੰਨੀ ਜਿਹੜਾ ਤਿਆਰ ਹੋ ਗਿਆ ਕਿੰਨੀ ਜਿਹੜਾ ਨਹੀਂ ਹੋਈ ਅਤੇ ਮਾਸ਼ਾਅੱਲਾ ਮੰਮਾ ਸਹਿਨ ਤੁਸੀਂ ਹੁਣ ਤਬੀਅਤ ਚੈੱਕ ਕਰਦੇ ਪਏ ਸੋ ਹੁਣ ਅੱਗੇ ਨਾਲ ਜਿਹੜਾ ਸੁਬਾਹ ਨਾਲ ਕਾਫੀ ਸਾਰਾ ਜਿਹੜਾ ਬਿਹਤਰ ਹੈਗੀ ਆ। ਦੋ ਵਾਰੀ ਨਾ ਨੇ ਜ਼ੇਬ ਅਲੀ ਵੀ ਉਹ ਸਾਹਮਣੇ ਪੌਦਿਆਂ ਨੂੰ ਹੁਣ ਪਾਣੀ ਲੈ ਕੇ ਗਿਆ, ਜ਼ੇਬ ਅਲੀ ਹੋਰ ਆ ਜਾ ਆ ਜਾ ਧੁੱਪ ਤੇ, ਕਿਉਂਕਿ ਜ਼ੇਬ ਅਲੀ ਜਿਹੜਾ ਸੁੱਤਾ ਰਿਹਾ ਨਵਾਇਆ ਤੇ ਸ਼ੁਕਰ ਅੱਲਾ ਪਾਕ ਠੰਡਾ ਉਹ ਇੱਥੇ ਯਾ ਆਇਆ ਨਾ ਉਦੋਂ ਮੈਂ ਆਈ ਹਾਂ ਤਾਂ ਉੱਠ ਕੇ ਤੂੰ ਮੇਰੇ ਮੰਗੀ ਆ ਜਾ ਧੁੱਪ ਆਈ ਜਲਦੀ ਜਲਦੀ ਆ ਜਾ ਉਤੋਂ ਜਿਹੜਾ ਢੱਕ ਕੇ ਰੱਖੀ ਹੁੰਦਾ ਹੈ ਜਲਦੀ ਨਾ ਆ ਜਾ ਬਸ ਜੇ ਤੈਨੂੰ ਮੈਂ ਜਿਹੜਾ ਨਾ ਬਾਹਰ ਦੇ ਗਿਆ ਮੰਮਾ ਸਹਿਨ ਤੇ ਜਿਹੜਾ ਕਾਹ ਬਣਾ ਕੇ ਤੇ ਮੈਂ ਜੇ ਤੇ ਮਿਸਤਰੀ ਹਾਂ ਮੰਮਾ ਸਹਿਨ ਗਿਆ ਚਾਹ ਦੇ ਮੈਨੂੰ ਜੇ ਤੈਨੂੰ ਬੁਲਾਉਂਦੇ ਆ ਵੀ ਬਸ ਜੇ ਤੇ ਜਿਹੜਾ ਨਾ ਗੇਟ ਵੀ ਕਿੰਨਾ ਰੱਖਣਾ ਮੈਂ ਕਿਹਾ ਜਿਹੜਾ ਨਾ ਆਪਾਂ ਕਿਹੜਾ ਵੀ ਤੂੰ ਟਰੈਕਟਰ ਉੱਪਰ ਪਾਣੇ ਮੈਂ ਤਾਂ 5 ਫੋਟ ਦਾ ਹਾਂ ਬਿਲਕੁਲ ਬਿਲਕੁਲ ਆ ਪੂਰਾ ਵੇ ਨਾ ਹਾਂ ਬਿਲਕੁਲ ਹਾਂ ਤੇ ਐਰਾ ਉਹਨਾਂ ਨੂੰ ਆਖੋ ਆ ਥੱਲੋ ਜਿੱਥੋਂ ਹੀ ਹੈ ਨਾ ਉਹ ਜਾਣੇ ਪਾਵੇ ਜਿੰਨੀਆਂ ਹਾਂ ਐਰਾ ਹਾਂ ਕਿਉਂਕਿ ਜਿਹੜਾ ਸਮਝ ਲਓ ਜਿਹੜਾ ਇੰਨਾ ਡੂੰਘਾ ਤਕਰੀਬਨ 8 ਫੁੱਟ ਤਾਂ ਥੱਲੇ ਉਸ 8 ਫੁੱਟ ਥੱਲੇ ਜਿਹੜਾ ਡੂੰਘਾ ਚਲੋ ਇਹ ਆ ਜਾ ਫਿਰ ਮਜ਼ਬੂਤੀ ਹੈ ਮਜ਼ਬੂਤੀ ਹੋ ਜਾਣੀ ਕਿਉਂਕਿ ਜਿਹੜੀ ਦੀਵਾਰ ਉੱਤੇ ਲੱਗਣੀ ਉਨੀ ਦੀਵਾਰ ਥੱਲੇ ਹਾਂ ਉਹ ਮੰਮਾ ਸਾਇਨ ਸਹੀ ਹੈ ਕਿਉਂਕਿ ਜਾਂ ਫਿਰ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਨੇ ਨਾ ਉਹ ਸਾਰੀ ਉਮਰ ਦੀ ਨਹੀਂ ਹੈਗੀ ਉਹ ਗਿਰਦੀ ਨਹੀਂ ਆ ਇਹ ਪੁਰਾਣੀ ਤੁਸੀਂ ਇਸ ਤਰ੍ਹਾਂ ਇਹਦੇ ਬਾਹਰ ਲੋ ਜਿਹੜੀ ਮੋੜ ਹੋ ਜਿਹੜੀ ਨਾ ਕੋ ਚੌਤਰੇ ਵਾਲੀ ਉਹ ਮੱਖਾ ਜਿਹੜਾ ਨਾ ਸਾਰੀ ਮਿੱਟੀ ਜਿਹੜੀ ਨਾ ਪੂਰੀ ਹਾਂ ਇੱਕੋ ਜੀ ਕਾਰਨ ਕੱਦਾਂ ਦੇ ਦੇਖ ਸਾਜ ਬਿਲਕੁਲ ਬਿਲਕੁਲ ਹਾਂ ਉਹ ਸਾਰਾ ਇੱਕੋ ਜਿਹਾ ਜੱਸੀ ਤੇ ਮੱਖਾ ਬਰਾਂਡੇ ਤੇ ਰੋੜੀ ਪਾ ਦਿਆ ਸਹੀ ਬਰਾਂਡਾ ਵੈਸੇ ਪਲਸਤਰ ਕਰ ਦਿਆ ਤੇ ਬਾਕੀ ਨੂੰ ਮੱਖਾ ਮੋੜ ਦੇ ਹਾਂ ਥੱਲੇ ਵਾਲਾ ਕੱਚੇ ਵੀ ਕਰ ਰਹੇ ਨੇ ਕੱਚੇ ਕਾਰ ਕੇ ਨਾ ਤੋਂ ਬਾਅਦ ਵਿੱਚ ਮੱਖਾ ਚਲੋ ਠੀਕ ਹੋ ਗਿਆ ਜਿਹੜੇ ਪਹੁੰਚਿਆ ਅਤੇ ਇਹ ਲਾ ਜਿੰਨਾ ਵਾਸ਼ਰੂਮ ਦਾ ਐਰਾ ਜਿੰਨਾ ਇਹ ਵੀ ਨਿਕਲਿਆ ਅਸੀਂ ਲੰਮੇ ਤਾਂ ਵਾਸ਼ਰੂਮ ਨਹੀਂ ਬਣਿਆ ਅਤੇ ਛੋਟੇ ਕਰਕੇ ਜਿੰਨਾ ਇੰਨੇ 5 ਨੇ ਛੋਟੇ ਤਾਂ ਨਹੀਂ ਕਾਫੀ ਵੱਡੇ ਹੋ ਜਾਣੇ ਨੇ ਜਿੱਥੇ ਆਪਣਾ ਪੰਪ ਲੱਗੋ ਹੈ ਨਾ ਹਾਂਜੀ ਉੱਥੇ ਜਿਹੜਾ ਨਾ ਉਹ ਸਟੋਰ ਹੋ ਰਹਾ ਦੋ ਵਾਸ਼ਰੂਮ ਹਾਂ ਉਹ ਸਟੋਰ ਹੋ ਰਹਾ ਜਿੰਨਾ ਇੱਦਾਂ ਤੇ ਦੋ ਵਾਸ਼ਰੂਮ ਜਿੰਨਾ ਬਣ ਜਾਵਾਂਗੇ ਤੇ ਉਸ ਪਹਿਲੇ ਪਾਸ ਜਿੰਨਾ ਵਜ਼ੂ ਖਾਨਾ ਬਣ ਜਾਵੇਗਾ ਹਾਂਜੀ
ਉੱਥੇ ਇਨਸ਼ਾਅੱਲਾ ਜਿੰਨਾ ਟੂਟੀਆਂ ਵਗੈਰਾ ਲੱਗ ਜਾਣਗੀਆਂ ਔਰ ਐਲ ਦੀਵਾਰ ਜਿੰਨਾ ਮਾਸ਼ਾਅੱਲਾ ਮੁਕੰਮਲ ਹੋ ਗਈ ਤਕਰੀਬਨ ਇੱਥੇ ਦਰਵਾਜ਼ਾ ਲੱਗੇਗਾ ਜੀ ਔਰ ਇਹਦੇ ਉੱਤੇ ਹੋਰ ਵੀ ਦੀਵਾਰ ਬਣਨੀ ਅਸੀਂ ਕਹਿ ਰਹੇ ਮੁਕੰਮਲ ਹੋ ਗਈ ਸਮਝ ਲਓ ਜਿੰਨਾ ਐਰੇ ਮੁਕੰਮਲ ਹੋ ਗਏ ਅਤੇ ਇਹਦੇ ਉੱਤੇ ਬਾਕੀ ਦੀਵਾਰ ਤੋਂ ਫਿਰ ਜਿੰਨਾ ਹੋਰ ਆਉਣੀ ਬਾਕੀ ਦੀਆਂ ਕੋਈ ਬੱਚੀਆਂ ਜਿਹੜੀਆਂ ਨੇ ਉਹ ਦੀਵਾਰ 'ਤੇ ਜਿਹੜੇ ਹਾਂਜੀ ਇਹ ਲਾਇਰਾ ਹੀ ਮਾਸ਼ਾਅੱਲਾ ਜਿੰਨਾ ਸਮਝ ਲਓ ਸਾਰੇ ਅੱਬੂ ਜੀ ਐਰੇ ਵਗੈਰਾ ਫਰੀ ਗਣੋ ਨੇ ਇਸ ਉੱਤੇ ਜਿਹੜਾ ਨਾ ਕੰਮ ਅੱਲਾ ਕਰਤੇ ਗਿਆ ਹਾਂ ਬਾਕੀ ਜਿੰਨਾ ਸਮਝ ਲਓ ਔਖਾ ਕੰਮ ਹੋ ਗਿਆ ਸੌਖਾ ਸੌਖਾ ਕੰਮ ਜਿੰਨਾ ਰਹਿ ਗਿਆ ਅਤੇ ਬਰਾਮਦੇ ਦੀ ਮਿੱਟੀ ਜਿੰਨਾ ਉਹ ਹੀ ਚੁੱਕ ਲਿਆ ਨੇ ਅਤੇ ਅੰਦਰੋਂ ਜਿੰਨਾ ਪਾਣੀ ਵਗੈਰਾ ਤਰਾਈ ਵਗੈਰਾ ਖਿੱਚੀ ਰੱਖੀ ਹਾਂ ਬਿਲਕੁਲ ਇੱਕੋ ਜਿਹਾ ਉਹਨੇ ਕਰ ਦਿੱਤਾ ਹਾਂਜੀ ਅਤੇ ਇੱਧਰ ਜਿੰਨਾ ਐਲ ਥੋੜ੍ਹੇ ਰਹਿੰਦੇ ਨੇ ਪਾਣੀ ਪੂਣ ਚੜਨਾ ਕੰਮ ਤਾਂ ਮੇਰੇ ਬਹੁਤ ਜ਼ਿਆਦਾ ਲੱਗ ਸਕਦੀ ਜਿਹੜਾ ਕਿ ਪਹਿਲਾਂ ਲਿਖਾਉਂਦਾ ਕੁਛ ਦੇਰ ਇੱਥੇ ਰੁਕਣਗੇ ਕਿਉਂਕਿ ਛੱਜ ਮਿਸਤਰੀ ਹੋਰ ਅਗਰ ਇਸ ਤੋਂ ਬਾਅਦ ਤੂੰ ਕੋਈ ਥੋੜ੍ਹਾ ਬਹੁਤਾ ਮਸ਼ਵਰਾ ਕਰਨਾ ਹੋਏ ਤਾਂ ਉਹ ਕਰ ਲਵਣਗੇ ਤੇ ਮੈਂ ਜਿੰਨਾ ਹੁਣ ਘਰ ਵਾਪਸ ਚੱਲਣਾ ਸੈਨ ਔਰ ਜਿਹੜਾ ਵਾਪਸ ਆ ਗਏ ਜਾਂ ਫਿਰ ਜਿਹੜਾ ਉੱਥੇ ਰੁਕਿਆ ਹੋਇਆ ਮਕਸੂਦ ਅਲੀ ਜਿਹੜਾ ਪਾਰ ਦੀਆਂ ਮੱਝਾਂ ਜਿਹੜਾ ਪਿਲਾ ਕੇ ਲੈ ਕੇ ਜਾ ਰਿਹਾ ਟੁਰਦੀਆਂ ਇੱਕ ਸਮੁੰ ਜਿਹੜਾ ਫਾਲ ਵਾਲੀ ਹੈਗੀ ਉਹ ਦੁੱਧ ਪੀਣ ਲੱਗ ਪਈ ਯਾਦ ਆ ਇੱਥੇ ਜਿਹੜਾ ਸਾਹਮਣੇ ਬੱਚੇ ਜਿਹੜਾ ਮੋਟਰਸਾਈਕਲ ਨਵਾ ਰਹੇ ਨੇ ਇਹਨਾਂ ਆਪ ਹੀ ਕਿਧਰੇ ਜਿਹੜਾ ਨਹਿਰੇ ਡਿੱਗਣਾ ਹੈ ਬਿੱਲੋ ਦੀ ਅੰਮੀ ਮੇਰੇ ਖਿਆਲ 'ਚ ਅੰਦਰ ਜਿਹੜਾ ਸੁੱਤੀ ਪਿਆਉਣੀ ਘਰ ਦੇ ਕੰਮ ਕੁੰਮ ਜਿਹੜਾ ਉਹ ਵੀ ਮੇਰੇ ਤਰ੍ਹਾਂ ਸਾਰਾ ਦਿਨ ਜਿਹੜਾ ਕਰਦੀ ਰਹਿੰਦੀ ਆ ਕੱਪੜੇ ਕੁਪੜੇ ਧੋ ਕੇ ਇੱਥੇ ਜਿਹੜਾ ਸੁੱਕਣੇ ਪਾ ਦਿੱਤੇ ਨੇ ਸਿੱਟੀਆਂ ਮਾਸ਼ਾਅੱਲਾ ਕਿੰਨੀਆਂ ਪਈਆਂ ਨੇ ਇੱਥੇ ਦਿਨ ਜਿਹੜਾ ਨਾ ਬਿਲਕੁਲ ਲੱਥਣ ਵਾਲਾ ਹੋਇਆ ਖੋਤਾ ਸੂਰਜ ਬਿਲਕੁਲ ਜਿਹੜਾ ਠੰਡਾ ਹੋਣ ਦਾ ਨਾਂ ਹੀ ਜਿਹੜਾ ਨਹੀਂ ਲੈ ਰਿਹਾ ਅਜੇ ਥੋੜ੍ਹੀ ਜਿਹੜਾ ਬਿਲਕੁਲ ਉਵੇਂ ਜਿਹੜਾ ਗਰਮ ਹੈਗਾ ਚੱਲਦੇ ਹਾਂ ਦੁਕਾਨ 'ਤੇ ਕਿਉਂਕਿ ਮੰਮਾ ਸੈਨ ਚਲਾ ਗਿਆ ਸੀ ਪਾਣੀ ਪੀਣ ਮੈਂ ਜਿਹੜਾ ਉੱਠੀ ਹਾਂ ਮੈਂ ਚੱਲ ਜਿਹੜਾ ਪਾਈ ਦੀਆਂ ਮੱਝਾਂ ਗਾਵਾਂ ਜਿਹੜਾ ਪੱਠੇ ਖਾ ਰਹੀਆਂ ਨੇ ਫਿਰ ਥੋੜ੍ਹੀ ਦੇਰ ਨੂੰ ਜਾਂ ਫਿਰ ਇਹਨੂੰ ਕਹਾਂਗੇ ਇਹਨਾਂ ਨੂੰ ਜਿਹੜਾ ਪਾਣੀ ਪਿਲਾ ਦੇਵੇਗਾ ਬਾਕੀ ਕੁਛ ਪੱਠੇ ਜਿਹੜਾ ਰੱਖ ਦਿੱਤੇ ਨੇ ਕਿਵੇਂ ਬਾਈ ਹੋਰੀ ਜਿਹੜਾ ਰੱਖਦੇ ਹਨ ਉਹਨੇ ਚਕੋਰਾਂ ਜਿਹੜਾ ਮਾਸ਼ਾਅੱਲਾ ਇੱਥੇ ਹੁਣ ਫਿਰਦੀਆਂ ਨੇ ਜ਼ਿਆਦਾ ਗਰਮੀਆਂ ਅਤੇ ਦੱਸ ਦੇਵਾਂ ਬਾਈ ਹੋਰਾਂ ਨੂੰ ਬਹੁਤ ਜ਼ਿਆਦਾ ਜਿਹੜਾ ਖਤਰਨਾਕ ਬਿਮਾਰੀ ਹੈਗੀ ਅੱਲਾ ਪਾਕ ਰਹਿਮਤ ਕਰੇ ਜੋ ਉਹਨੇ ਸਾਹ ਜ਼ਿੰਦਗੀ ਦੇ ਰੱਖੇ ਲਿਖੇ ਨੇ ਉਹ ਤਾਂ ਅੱਲਾ ਪਾਕ ਨੂੰ ਜਿਹੜਾ ਦੇਣੇ ਹੀ ਦੇਣੇ ਹੈਗੇ ਨੇ ਕਿਉਂਕਿ ਬਾਈ ਹੋਰਾਂ ਕਿਉਂਕਿ ਵੱਡੀ ਬਾਜੀ ਹੋਰਾਂ ਨਾਲ ਗਈਆਂ ਨਾ ਤਾਂ ਉਹਨਾਂ ਨੇ ਕਾਲ ਕੂਲ ਕੀਤੀ ਆ ਕਿਉਂਕਿ ਸਾਡੇ ਕੋਲ ਜਿਹੜਾ ਨੰਬਰ ਕੋਈ ਨਹੀਂ ਤਾਂ ਅਸੀਂ ਜਿਹੜਾ ਕਾਲ ਕਰਕੇ ਜਿਹੜਾ ਪੁੱਛਿਓ ਕਹਿ ਰਹੇ ਬਈ ਇਸ ਤਰ੍ਹਾਂ ਜਿਹੜਾ ਦੋ ਦਿਨ ਹੋ ਗਏ ਨੇ ਫੋਨ ਦੇ ਉੱਤੇ
ਵੀ ਸੱਟਦੇ ਹੋ ਤਿੰਨ ਚਾਰ ਤਕਰੀਬਨ ਦਿਨ ਹੋ ਗਈਆਂ ਸੱਟੀ ਖੋਤਾ ਪਾਈ ਉਹਨਾਂ ਨੇ ਜਿੰਨਾ ਕੈਂਸਰ ਹੈਗੀ ਆ ਅੱਲਾ ਪਾਕ ਰਹਿਮਤ ਕਰੇ ਅਤੇ ਅੱਲਾ ਪਾਕ ਉਹਨੂੰ ਜਿੰਨਾ ਸਿਹਤ ਤੰਦਰੁਸਤੀ ਦੇਵੇ ਇੱਕ ਬਹੁਤ ਖਤਰਨਾਕ ਬਿਮਾਰੀ ਹੈਗੀ ਅੱਲਾ ਪਾਕ ਸੋਹਣਾ ਜਿੰਨਾ ਖੈਰ ਕਰੇ ਅਤੇ ਇਹ ਆ ਛੋਟਾ ਜਿਹਾ ਵਿਲਾਗ ਹੀ ਇੱਥੇ ਖਤਮ ਕਰਨੀ ਆ ਬਹੁਤ ਜ਼ਿਆਦਾ ਜਿੰਨਾ ਅਫਸੋਸ ਹੈ ਬਹੁਤ ਜ਼ਿਆਦਾ ਜਿੰਨਾ ਟੈਨਸ਼ਨ ਹੀ ਹੈਗੀ ਹੈ ਬਾਈ ਔਰਤ ਜਿੰਨਾ ਛੋਟੇ ਛੋਟੇ ਬੱਚੇ ਹੈਗੇ ਸੀ ਅਤੇ ਬਹੁਤ ਜ਼ਿਆਦਾ ਜਿੰਨਾ ਮੈਨੂੰ ਸੁਣਿਆ ਬਹੁਤ ਜ਼ਿਆਦਾ ਜਿੰਨਾ ਟੈਨਸ਼ਨ ਬਣੀ ਆ ਅਤੇ ਇਨ ਸ਼ਾ ਅੱਲਾ ਪਾਕ ਖੈਰ ਸੁਖ ਖੈਰ ਸੁਭਾ ਜਿੰਨਾ ਜਾ ਕੇ ਜਿੰਨਾ ਹਾਲ ਚਾਲ ਪੁੱਛ ਆਵਾਂਗੇ ਜਾਂ ਪਤਾ ਕਰ ਆਵਾਂਗੇ ਫਿਰ ਜਿੰਨਾ ਵਾਪਸੀ ਆ ਕੇ ਜਿੰਨਾ ਬਾਈ ਮਿਸਤਰੀ ਹੋਰਾਂ ਨੇ ਸਮਝੋ ਰੋਟੀ ਸਾਲਣ ਬਣਾਉਣਾ ਹੁੰਦਾ ਤਾਂ ਪਰ ਸੁਣਨੇ ਕਿ ਮੈਂ ਅੱਜ ਜਿੰਨਾ ਚਲੀ ਜਾਵਾਂ ਸੁ ਬਾਈ ਹੋਰ ਕਹਿੰਦੇ ਆ ਮੇਰੇ ਦਾਨ ਨਾਲ ਲੈ ਕੇ ਅਤੇ ਚੱਲਿਆ ਜਾਣਾ ਤਾਂ ਪਰ ਉਸ ਵਕਤ ਜਿੰਨਾ ਮੈਂ ਰੋਹਾਨ ਦੀ ਰੋਟੀ ਖਾ ਰਹੀ ਸੀ ਜਿਸ ਵਕਤ ਬਾਈ ਹੋਰ ਗਏ ਤਾਂ ਪਰ ਨਹੀਂ ਜਾ ਰਿਹਾ ਅਤੇ ਇਨ ਸ਼ਾ ਅੱਲਾ ਪਾਕ ਖੈਰ ਸੁਖ ਰੱਖ ਸੁਭਾ ਜਿੰਨਾ ਬਾਈ ਦਾ ਪਤਾ ਕਰਾਂਗੇ ਅੱਲਾ ਪਾਕ ਉਹਨੂੰ ਜ਼ਿੰਦਗੀ ਦੇਵੇ ਅੱਲਾ ਪਾਕ ਸਿਹਤ ਤੰਦਰੁਸਤੀ ਦੇਵੇ ਅਤੇ ਅੱਜ ਛੋਟਾ ਜਿਹਾ ਵਿਲਾਗ ਕਰਨੀ ਇੱਥੇ ਖਤਮ ਆਉਂਦੇ ਬਣ ਬੁਕ ਲੈਣੀ ਇਜਾਜ਼ਤ ਅੱਲਾ ਹਾਫਿਜ਼ ਅੱਲਾ ਨਿਗਹਬਾਨ।